ਕਿੱਥੇ ਆ ਦਾਤੀਆਂ? ਇੱਕ ਤਾਂ ਆਪ ਹੀ ਇੱਧਰ ਵੇਖ ਪਰਲੇ ਪਾਸੇ ਆਊਗੀ ਮਸ਼ੀਨ ਅੱਜ ਆ ਲੈ ਆ 11 ਕੁ ਵਜੇ ਨੂੰ ਆ ਜਾਾਂਗੇ ਤੇਰੀਆਂ ਗੱਲਾਂ ਹੀ ਹੁੰਦੀਆਂ ਆ ਗੱਲਾਂ ਹੁਣ ਮੈਂ ਕੀ ਕਰਾਂ ਹੁਣ ਮੈਂ ਮੀਂਹ ਪਵਾਇਆ ਰੱਬ ਵੀ ਨਹੀਂ ਕਿਸੇ ਜਾਣ ਦਿੰਦਾ ਯਾਰ ਉਹਦੇ ਵੜਦੇ ਹੀ ਸੀ ਓਏ ਵੜਦੇ ਸੀ ਹਰੇ ਸੀਗੇ ਦਾਣੇ ਠੀਕ ਆ ਹਰੇ ਸੀ ਦਾਣਿਆਂ ਤੇ ਵੜਦੇ ਸੀਗੇ ਮੁੜ ਕੇ ਤੇ ਮੰਡੀ ਚ ਖਲਾਰ ਦਿੰਦੇ ਬਚਣਾ ਕੀ ਸੀਗਾ ਸਿਆਣੀਆਂ ਗੱਲਾਂ ਕਰਦਾ ਫਿਰ ਤੂੰ ਨਹੀਂ ਹਟਦੇ ਫੇਰ ਲਈ ਠੇਕੇ ਦੇ ਵੱਧ ਕੇ ਅਸ ਕੀ ਆਵੇ ਐਦਾ ਕੰਮ ਆ ਗੁਰੂ ਘਟਾਲ ਜੀ ਦਾ ਓਏ ਕੰਮ ਤਾਂ ਹੈਗਾ ਯਾਰ ਮੇਰੀ ਗੱਲ ਸੁਣ ਕਣਕ ਦਾ ਕੀ ਰੁਪਿਆ 150 ਵਧਿਆ ਕਿੱਲੇ ਮਗਰ ਕਿੰਨਾ ਝਾੜ ਹੋਊਗਾ ਉਹ ਵੀ ਵਧਣਗੇ ਉਹ ਤਾਂ ਵੇਖਿਆ ਕਰੋ ਤੁਹਾਡੀ ਨਾ ਆਪਣੇ ਜ਼ਿੰਮੇਦਾਰ ਦੀ ਅਕਲ ਹੈ ਨਹੀਂ ਵੀ ਠੇਕਾ ਵਧਾਤਾ ਤੇ ਰੇਟ ਵੀ ਵਧਿਆ ਉਹ ਵੀ ਵੇਖੋ ਝੋਨੇ ਦੇ ਵੀ 143 ਵਧੇ ਸੀ ਆ ਝਾਕਲਾ ਆ ਵੇ ਹੱਥੀ ਵਟਣ ਲਈ ਬੈਠਾ ਓ ਯਾਰ ਹੁਣ ਇਹ ਤਾਂ ਰੱਬ ਮੂਰੇ ਹੁਣ ਕੀਦਾ ਯਾਰ ਜ਼ੋਰ ਆ ਯਾਰ ਹੁਣ ਘਾਟੇ ਨੂੰ ਕੌਣ ਜਾਂਦਾ ਹੁਣ ਮੈਂ ਤਾਂ ਵਾਧੇ ਨੂੰ ਕਰਿਆ ਕੰਮ ਤੂੰ ਅੱਡੀਆਂ ਜਾ ਕੇ ਫਾਹਾ ਲੈਨੇ ਆ ਯਾਰ ਇਹੀ ਦਵਾਉਂਦਾ ਫਾਹਾ ਅੱਗੇ ਕਣਕਾਂ ਵਾਲੇ ਨਹੀਂ ਕੀ ਬਚਿਆ ਉਦੋਂ 10 ਕਿਲੋ ਟਰਾਲੀ ਇੱਕ ਹੋਈ ਉਹ ਵੀ ਨਹੀਂ ਲਈ ਕਿਸੇ ਨੇ ਫਾਹਾ ਕੀ ਫਿਰ ਇਹ ਬਾਲਾ ਸਿਆਣਾ ਸਾਡੇ ਵਾਲਾ ਵੇਖੀ ਆਣਾ ਮੈਂ ਲਿਆਉਣਾ ਮੱਕ ਯੂਨੀਵਰਸਿਟੀ ਚੋਂ ਲੈ ਕੇ ਆਉਣਾ ਨਾ ਮੈਂ ਅੱਛਾ ਬੰਦਾ ਖੜਾ ਨਹੀਂ ਆ ਨਾ ਦਿਖਿਆ ਕਰਨਾਗਾ ਆ ਵੇਖ ਲਾ ਮੱਕ ਖੜਾ ਤਾਂ ਕੀ ਆ ਬੈਠਾ ਦੀ ਸੀ ਨਾ ਲੰਮਾ ਪਾ ਲੋ ਫੇਰ ਤਾਂ ਭਲਾ ਬੰਦਾ ਨਾ ਦੇ ਸੀ ਹੁਣ ਮੈਦੀ ਕੀ ਸਿਆਣਾ ਬਣ ਜਾਂਦਾ ਅਖੇ ਤੂੰ ਕਰਦਾ ਤਾਂ ਗਲਤ ਆ ਕਿ ਮੈਂ ਕਰਦਾ ਤਾਂ ਮੈਂ ਸਿਆਣਾ ਹੁਣ ਮੈਂ ਵੀ ਇਹਦੇ ਵਿੱਚ ਵੜਿਆ ਸੀਗਾ ਰਲ ਮਿਲ ਕੇ ਕਰ ਲਿਆ ਕਰੋ ਰਹਿਣਾ ਹਾਂ ਹਾਂ ਮੈਥੋਂ ਤਾਂ ਲਈ ਜਾਣੀ ਵੀ ਨਾਲ ਰਲ ਮਿਲ ਕੇ ਫਾਹੇ ਵਾਲੀ ਗੱਲ ਨਹੀਂ ਯਾਰ ਆ ਵੀ ਮੈਂ ਕਿਹੜਾ ਘਾਟੇ ਨੂੰ ਗਿਆ ਹੁਣ ਮੈਂ ਕੀ ਕਰਾਂ ਮੇਰੀ ਗੱਲ ਸੁਣ 3.5 ਕਿੱਲੇ ਵਾਹਣਾ ਨਾ ਤਾਂ ਕੋਈ ਨੌਕਰੀ ਆ ਹੈਂ ਮੈਂ ਕਿਹਾ ਚੱਲ ਵੀ ਲਾਲਚ ਲੱਗੇ ਰਵਾਂਗੇ ਤੇ ਕਮਾਈ ਵੀ ਹੋਊਗੀ ਐਂ ਤਾਂ ਨਹੀਂ ਕਮਾਈ ਨਹੀਂ ਹੋਣੀ ਮੈਂ ਲੈ ਲਿਆ ਯਾਰ ਵਾਹਣ ਕਿੱਡੀ ਖਾਦ ਵੱਧ ਕੇ ਲੈਣ ਵਾਲਾ ਕੰਮ ਗਲਤ ਆ ਨਾ ਤੁਸੀਂ ਤਾਂ ਪਿੰਡ ਤੋਂ ਜਿਹੜਾ ਕੋਈ ਵੱਧ ਕੇ ਠੇਕੇ ਤੇ ਲੈਣ ਲੱਗਦਾ ਉਹਦੇ ਨਾਲ ਦੁੱਗਣਾ ਵੱਧ ਕੇ ਲੈਣਾ ਹਰੇਕ ਸਾਲ ਤੁਹਾਡਾ ਕੰਮ ਇਹ ਆ ਤਾਂ ਹੀ ਤਾਂ ਤੁਹਾਨੂੰ ਚੱਕਾਂ ਦੇ ਲੋਕ ਮਰਾਉਂਦੇ ਤੁਸੀਂ ਟੌਪ ਤੇ ਚੱਲਦੇ ਆ ਹਰੇਕ ਤੁਹਾਨੂੰ ਐਂ ਕਹਿੰਦਾ ਵੀ ਯਾਰ ਉਹ ਟੌਪ ਤੇ ਛੱਡਦੇ ਹੀ ਨਹੀਂ ਇਹ ਗੱਲਾਂ ਚ ਆ ਜਾਂਦਾ ਸਾਡੇ ਵਾਲਾ ਇਹਨੂੰ ਹੈ ਨਹੀਂ ਇੰਨੀ ਅਕਲ ਉਕਲ ਨਹੀਂ ਸੋਚਦਾ ਨਹੀਂ ਦਿਮਾਗ ਤੋਂ ਕੰਮ ਨਹੀਂ ਲੈਂਦਾ ਦਿਮਾਗ ਤੋਂ ਕੰਮ ਤੂੰ ਲੈਣਾ ਸੀ ਤੂੰ ਸਾਈ ਫੜਾ ਕੇ ਆਇਆ ਮੈਂ ਫੜਾ ਕੇ ਆਇਆ ਤੇ ਮੈਂ ਘਾਟੇ ਨੂੰ ਥੋੜੀ ਗਿਆਗਾ ਮੈਂ ਕਿਹਾ ਵੀ ਚੱਲ ਫਾਇਦਾ ਹੀ ਹੋਊਗਾ ਵਿਲੇ ਫਿਰਦੇ ਆ ਪਿਛਲੇ 2 ਸਾਲਾਂ ਚ ਮੈਂ ਤਾਂ ਵੇਖਿਆ ਨਹੀਂ ਆਪਣੇ ਵਾਧਾ ਹੋ ਗਿਆ ਯਾਰ ਜੇ ਕਰਾਂਗੇ ਤਾਂ ਵਾਧਾ ਹੋਊਗਾ ਨਹੀਂ ਇੱਕ ਅੱਧਾ ਸਾਲ ਵੇਖੀਦਾ ਹੁੰਦਾ ਜੋ ਨਹੀਂ ਕਰਮਾਂ 'ਚ ਵਾਧਾ ਲਿਖਿਆ ਤਾਂ ਕਿਉਂ ਹਰੇਕ ਸਾਲ ਸਿਰ ਪਾਉਣ ਦਾ ਫਾਇਦਾ ਕੋਈ ਅੱਡੀਆਂ ਜਾ ਕੇ ਫਾਹਾ ਲੈਂਦਾ ਉਹ ਕਿੰਨੇ ਕ ਪੈਂਦੇ ਆ ਐ ਤਾਂ ਬੜਾ ਮੋੜ ਤਾਂ ਫਿਰ ਲੱਦ ਪਲਾਦੀ ਜੀ ਹੁੰਦੀ ਹੈ ਹੁਣ ਤੁਸੀਂ ਮੰਨ ਕੇ ਚੱਲ ਆ ਵੇਖ ਲੈ ਵੱਧ ਕੇ ਲਿਆ ਸੀਗਾ ਅੱਡੀਆਂ ਜਾ ਕੇ ਫਾਹਾ ਲਈ ਆ ਵਿਛਾਇਆ ਪਹਿਲੇ ਕੱਢ ਲਿਓ ਜੀ ਕੱਢ ਹੱਥੀ ਵੱਢਦੇ ਆ ਯਾਰ ਤੂੰ ਤਾਂ ਹਰੇਕ ਦੋਸ਼ ਮੇਰੇ ਤੇ ਦੇਈ ਜਾਂਦਾ ਯਾਰ ਮੈਂ ਕਿਹਾ ਝੋਨਾ ਯਾਰ ਆਪੇ ਕਰ ਲੈ ਕੰਮ ਇੱਥੋਂ ਤਾਂ ਇੰਨਾ ਮੱਥਾ ਵੱਜ ਲੜਦੇ ਦਾ ਕਿਉਂ ਆ ਰਲ ਮਿਲ ਕੇ ਐਂ ਕਰਦੇ ਯਾਰ ਇਹਨਾਂ ਦਾ ਕੀ ਕਰੂਗਾ ਰਲ ਮਿਲ ਕੇ ਕਰ ਲਿਆ ਕਰੋ ਨਾ ਕੀ ਇਹਨਾਂ ਦਾ ਹੱਲ ਕੀ ਕਰੇ ਬੰਦਾ ਯਾਰ ਉਹੀ ਆ ਨਾ ਵੀ ਮੈਂ ਕੋਈ ਘਾਟੇ ਨੂੰ ਤਾਂ ਨਹੀਂ ਗਿਆ ਬਈ ਯਾਰ ਜੇ ਹੁਣ ਲੈ ਲਿਆ ਤਾਂ ਚੱਲ ਕੋਈ ਲੈ ਲਿਆ ਤਾਂ ਲੈ ਲਿਆ ਯਾਰ ਘਾਟੇ ਉਹ ਮੈਂ ਨਹੀਂ ਲੈਂਦਾ ਸੀ ਉਹ ਜਿਹੜੇ ਨਾਲ ਦੇ ਆ ਨਾ ਸਾਡੇ ਇਹ ਭਲੇ ਕੁੱਤੇ ਆ ਹੈ ਮੈਂ ਤਾਂ ਰੁਪਈਆ 500 ਹੀ ਵਧਦਾ ਸੀ ਸਾਲ ਦਾ ਇਤਕੀ ਅੱਛਾ ਯਾਰ ਵਧ ਕੇ ਜਾ ਉਹੀ ਮੈਨੂੰ ਫਿਰ ਅੜੀ ਫਸੀ ਚ ਹੁਣ ਜੱਟਾਂ ਵਾਲੀ ਉਹਦੇ ਕੈਨੂੰ ਆੜ ਹੁੰਦੀ ਆ ਵੀ ਬਈ ਮੈਂ ਤਾਂ ਜਾਂਦੀ ਜਾਵੇ ਮੈਂ ਦੇਤਾ ਫਿਰ ਵੱਧ 1500 ਐ ਨਾ ਨਾ ਕਰਿਆ ਕਰੋ ਐਂ ਤਾਂ ਆਪਾਂ ਮਰਦੇ ਆ ਯਾਰ ਸੋਚ ਸਮਝ ਕੇ ਚੱਲਿਆ ਕਰੋ ਆਪਦੇ ਪੈਰ ਦੇਖ ਕੇ ਜੇ ਕੋਈ ਵੱਧ ਕੇ ਲੈਂਦਾ ਲਈ ਜਾਵੇ ਪਰ ਗਰਾਰੀ ਬਾਜੀ ਨਹੀਂ ਗਰਾਰੀ ਬਾਜੀ ਕਰਕੇ ਨਿਬੜਦਾ ਕੋਈ ਨਹੀਂ ਫਸਲ ਦਾ ਰੱਬ ਦਾ ਐ ਨਹੀਂ ਪਤਾ ਮੌਕੇ ਤੇ ਖੋ ਲੈਣੀ ਦੇਣੀ ਆ ਕਿ ਨਹੀਂ ਦੇਣੀ ਕੋਈ ਪਤਾ ਨਹੀਂਗਾ ਚਲ ਵੱਢ ਲੈ ਪੱਠੇ ਹੋ ਗਿਆ ਲੱਕੀ ਓਏ ਪੱਠੇ ਤਾਂ ਵੜਾ ਜਾ ਚਾ ਕੋਈ ਨਹੀਂ